ਦੋਸਤੋ ਸਵਾਗਤ ਹੈ ਤੁਹਾਡਾ ਲਾਈਵ ਫਾਰਮਿੰਗ ਚੈਨਲ ਦੇ ਵਿੱਚ। ਦੋਸਤੋ ਅੱਜ ਗੱਲ ਕਰਾਂਗੇ ਕਿ ਕਿਸਾਨਾਂ ਦੇ ਦੋ ਹਥਿਆਰ ਨੇ, ਯਾਨੀ ਕਿ ਸੰਦ, ਜਿਨ੍ਹਾਂ ਤੋਂ ਬਿਨਾਂ ਤੁਸੀਂ ਖੇਤੀਬਾੜੀ ਕਰਨੀ ਅਸੰਭਵ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਖੇਤੀਬਾੜੀ ਵਿੱਚ ਇਹਨਾਂ ਸੰਦਾਂ ਦੀ ਲੋੜ ਪਈ ਰਹਿੰਦੀ ਹੈ। ਇੱਕ ਤਾਂ ਜੀ ਦਾਤਰੀ, ਜਿਹਨੂੰ ਦਾਤਰੀ ਕਹਿੰਦੇ ਨੇ, ਇਸ ਦੀ ਵਰਤੋਂ ਤਾਂ ਆਮ ਵਰਤੋਂ ਆ, ਹਰ ਕਿਸਾਨ ਭਰਾ ਦੇ ਘਰ ਤੋਂ ਤੁਸੀਂ ਵੇਖ ਸਕਦੇ ਹੋ ਕਿ ਦਾਤਰੀ ਹੋਏਗੀ। ਇੱਕ ਆ ਜੀ ਦਾਤ, ਜਿਹਦੇ ਨਾਲ ਅਸੀਂ ਬਰਸਨ ਵੱਢਦੇ ਹਾਂ, ਇਹ ਤੁਸੀਂ ਨਵੇਂ ਜ਼ਮਾਨੇ ਦੀ ਤਕਨੀਕ ਕਹਿ ਸਕਦੇ ਹੋ। ਅਤੇ ਆ ਜਿਹੜੀ ਦਾਤਰੀ ਹੈ, ਇਹ ਤੁਸੀਂ ਪੁਰਾਣੇ ਜ਼ਮਾਨੇ ਦੀ ਤਕਨੀਕ ਕਹਿ ਸਕਦੇ ਹੋ। ਅੱਜ ਕੱਲ੍ਹ ਦੇ ਬਹੁਤੇ ਨੌਜਵਾਨ ਭਰਾ ਦਾਤ ਦੀ ਮਦਦ ਨਾਲ ਹੀ ਪੱਠੇ ਵੱਢਦੇ ਨੇ, ਅਤੇ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਸੀ ਉਹ ਦਾਤਰੀ ਦੀ ਮਦਦ ਨਾਲ ਹੀ ਪੱਠੇ ਵੱਢਦੇ ਸੀ। ਇਹ ਕਿਸੇ ਹਥਿਆਰ ਤੋਂ ਕੰਮ ਨਹੀਂ ਹੈਗੀ ਦਾਤਰੀ, ਇਹਨੂੰ ਤੁਸੀਂ ਕਿਸੇ ਕਿਹੜੀ ਮਰਜ਼ੀ ਥਾਂ 'ਤੇ ਇਸਤੇਮਾਲ ਕਰ ਸਕਦੇ ਹੋ।